ਬਿਨਾਂ ਜਾਬ ਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਉਹਨਾਂ ਨੇ ਫੇਰੀ ਹੈ। ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਬ ਤੇ ਛੜਨ ਦੀ, ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਿਰ ਝੁਕਾ ਕੇ ਲੀਡਰ ਨੂੰ ਕਹਿਣਾ ਚਾਹੁੰਦਾ ਕਿ ਜਾਬ ਤੇ ਚ ਰਹੋ। ਜੇ ਆਪਣਾ ਇੱਕ ਚ ਬਰਕਤ ਹੁੰਦੀ ਹੈ। ਮੈਂ ਕਈ ਵਾਰੀ ਵੇਖਦਾ ਬੰਦੇ ਅਹੀਂ ਆਉਂਦੇ ਬਾਈ ਜੀ ਮਰੀ ਗਏ, ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ। ਕਈ ਆਉਂਦੇ ਆ ਕੁਛ ਹੋ ਵੀ ਆ ਕਹਿੰਦੇ ਬਾਈ ਪਰਵਾਹ ਨਾ ਖੈਰ ਚੱਕ ਦਿਆਂਗੇ ਫੱਟੇ। ਚੜ੍ਹਦੀ ਕਲਾ ਵਾਲੇ ਬੰਦੇ ਨੂੰ ਨਾਲ ਰੱਖਿਆ ਕਰੋ, ਢਹਿੰਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਬਹਿ ਜੂਗਾ। ਹੱਥ ਕਿਉਂ ਲਾਇਆ, ਹੱਥ ਲਾਇਆ ਬਈ ਬੰਦੇ ਨੇ ਮੇਰੇ, ਮੈਂ ਬੰਦ ਹੋ ਜਾ ਬੋਲੋ ਬਾਈ। ਸੰਦੀਪ ਜਾਲ ਨੇ ਮੇਰੇ ਹੱਥ ਲਾਇਆ, ਵੈਸੇ ਤਾਂ ਹੱਥ ਕਈਆਂ ਦੇ ਲਾਤਾ ਜਿਹੜੇ ਬੋਲਦੇ ਸੀ ਸੰਦੀਪ, ਹੁਣ ਮੇਰੇ ਵੀ ਲਾਤਾ। ਪਹਿਲੀ ਵਾਰੀ ਆ ਵੀ ਪ੍ਰਧਾਨ ਦੇ ਵੀ ਹੱਥ ਲਾ ਦਿੰਦਾ ਬਈਏ ਵੀ ਚੁੱਪ ਕਰ। ਹੁਣ ਕਹਿਣ ਦਾ ਭਾਵ ਇਹ ਹੈ, ਇਹ ਕਹਿੰਦਾ ਬੀਬੀਆਂ, ਹੁਣ ਬੀਬੀਆਂ ਵਿਚਾਰੀਆਂ ਕੋਈ ਗੱਲ ਨੀ ਚੌਂਕੜੀਆਂ, ਹੁਣ ਤਾਂ ਗੋਡੇ ਦੁਖਣ ਲੱਗ ਪਏ, ਜੇ 20-50 ਉੱਠ ਖਾਦੀਆਂ ਤਾਂ ਫਿਰ ਕੀ ਹੋਜੂਗਾ। ਕੋਈ ਫਰਕ ਨੀ, ਬੀਬੀਆਂ ਨੂੰ ਕਿਹਾ ਸੀ ਤੂੰ 20 ਮਿੰਟ ਤੇ ਚਲਾ ਤਾ 3 ਘੰਟੇ, ਉਦੋਂ ਬਾਅਦ ਕੰਮ। ਮੇਰੀ ਬੇਨਤੀ ਹੈ ਤੁਹਾਨੂੰ, ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਉਹਦੇ ਸਿਸਟਮ ਚ ਕੋਈ ਬੰਦਾ ਹੈ, ਉਹ ਵੀ ਜਾਬਤੇ ਚ ਰਹੇ। ਬਿਨਾਂ ਜਾਬਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਉਹਨਾਂ ਨੇ ਫੇਰੀ ਹੈ। ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਬਤੇ ਚ ਰਹਿਣ ਦੀ, ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਿਰ ਝੁਕਾ ਕੇ ਲੀਡਰ ਨੂੰ ਕਹਿਣਾ ਚਾਹੁੰਦਾ ਕਿ ਜਾਬਤੇ ਚ ਰਹੋ। ਜੇ ਆਪਣਾ ਇੱਕ ਚ ਬਰਕਤ ਹੁੰਦੀ ਹੈ, ਜਿਸ ਘਰੇ ਇੱਕਾ ਹੈ ਨੀ, ਜਿਸ ਕੰਪਨੀ ਚ ਇੱਕਾ ਹੈ ਨੀ, ਜਿਸ ਮੁਹੱਲੇ ਚ ਇੱਕਾ ਹੈ ਨੀ, ਜਿਸ ਪਾਰਟੀ ਚ ਇੱਕਾ ਹੈ ਨੀ, ਉਹ ਸਾਰੇ ਫੇਲ ਹੋ ਜਾਂਦੇ ਹੈ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ, ਹਰ ਵਿਅਕਤੀ ਜਾਬਤੇ ਚ ਰਹੇ ਔਰ ਕਾਂਗਰਸ ਪਾਰਟੀ ਮੰਚ ਤੇ ਆਪਦੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ। ਮੰਚ ਤੇ ਢਹਿੰਦੀ ਗਲਾ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ, ਮੰਚ ਤੇ ਚੜ੍ਹਦੀ ਗਲਾ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ। ਤੜਕੇ ਉੱਠ ਕੇ ਕਹੋ ਮਰ ਗਿਆ ਤਾਂ ਫਿਰ ਬੰਦਾ ਮਰੀ ਜਾਂਦਾ, ਤੜਕੇ ਉੱਠ ਕੇ ਕਹੋ ਫੱਟੇ ਚੱਕ ਦਿਆਂਗੇ। ਜੇ ਤੜਕੇ ਜੇ ਖੇੜੇ ਮੱਥੇ ਚੋ ਵੀ, ਮੈਂ ਕਈ ਵਾਰੀ ਵੇਖਦਾ ਬੰਦੇ ਅਹੀਂ ਆਉਂਦੇ ਬਾਈ ਜੀ ਮਰੀ ਗਏ, ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ। ਕਈ ਆਉਂਦੇ ਆ ਕੁਛ ਹੋ ਵੀ ਆ ਕਹਿੰਦੇ ਬਾਈ ਪਰਵਾਹ ਨਾ ਖੈਰ ਚੱਕ ਦਿਆਂਗੇ ਫੱਟੇ। ਚੜ੍ਹਦੀ ਕਲਾ ਵਾਲੇ ਬੰਦੇ ਨੂੰ ਨਾਲ ਰੱਖਿਆ ਕਰੋ, ਢਹਿੰਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਬਹਿ ਜੂਗਾ। ਸੋ ਤਗੜੇ ਰਹੋ ਤੇ ਜਾਬਤੇ ਚ ਰਹਿਣਾ। ਉਹ ਬਈ ਬਲਾਕਾਂ ਦੇ ਪ੍ਰਧਾਨ ਕਿੱਥੇ ਹੈ ਬਈ, ਇਹ 6 ਹਲਕਿਆਂ ਦੇ ਪ੍ਰਧਾਨ, ਮੈਂ ਇਹਨਾਂ ਨੂੰ ਸਿਰ ਝੁਕਾਉਣਾ। ਇਹ ਬਲਾਕ ਪ੍ਰਧਾਨ ਇਹਨਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ ਅੱਜ ਦੀ ਸਭਾ ਦੇ ਆਸੇ, ਜ਼ੋਰਦਾਰ ਤਾੜੀਆਂ ਬਲਾਕ ਪ੍ਰਧਾਨਾਂ ਦੇ ਨਾਂ ਤੇ। ਤੇ ਮੇਜਰ ਮੁੱਲਾਪੁਰ ਸਾਹਿਬ, ਦੁਬਾਰਾ ਫੇਰ ਮੇਜਰ ਮੁੱਲਾਪੁਰ ਜ਼ਿਲ੍ਹੇ ਦਾ ਪ੍ਰਧਾਨ, ਤੇ ਆਸ਼ੂ ਜੀ ਤੁਸੀਂ ਇੰਚਾਰਜ ਸੀ ਮਹਾਰਾਜ, ਹੇ ਬਾਬਾ ਜੀ ਪੰਡਿਤ ਜੀ ਮਹਾਰਾਜ, ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ, ਤੁਹਾਡੀ ਰਹਿਨੁਮਾਈ ਚ ਮੁਕੰਮਲ ਮੁਕਸਰ
ਮੈਂ ਆਪਦੇ ਆਪ ਨੂੰ ਫੰਨੇ ਖਾਂ ਕਹਿੰਦਾ ਫੰਨੇ ਖਾਂ ਹੈ ਤਾਂ ਮੈਂ ਹੈ ਨਹੀਂ ਪਰ ਬੰਦੇ ਨੂੰ ਭੁਲੇਖਾ ਹੁੰਦਾ ਫੰਨੇ ਆਹ ਸਾਰੇ ਫੰਨੇ ਖਾਈ ਹੈ ਜਿਹੜੇ ਅੱਗੇ ਬੈਠੇ ਹੈ।